ਪੁਲਿਸ ਪਾਰਟੀ ਪਿੱਛੇ ਮੂੰਹ 'ਤੇ ਕਾਲਾ ਕੱਪੜਾ ਪਾਈ ਖੜ੍ਹਾ ਇਹ ਵਿਅਕਤੀ ਦੇਖ ਕੇ ਤੁਸੀਂ ਸਮਝ ਰਹੇ ਹੋਵੋਗੇ ਕਿ ਇਹ ਕੋਈ ਚੋਰ ਜਾਂ ਨਸ਼ਾ ਤਸਕਰ ਹੈ ਜਿਸ ਨੂੰ ਪੁਲਿਸ ਨੇ ਖੋਹ ਜਾਂ ਤਸਕਰੀ ਕਰਨ ਦੇ ਜ਼ੁਲਮ 'ਚ ਗ੍ਰਿਫਤਾਰ ਕੀਤਾ। ਪਰ ਨਹੀਂ ਜਨਾਬ, ਤੁਸੀਂ ਗਲਤ ਸਮਝ ਰਹੇ ਹੋ, ਇਹ ਕੋਈ ਨਸ਼ਾ ਤਸਕਰ ਜਾਂ ਚੋਰ ਨਹੀਂ, ਬਲਕਿ ਇਹ ਲੁਧਿਆਣਾ ਦਾ ਸ਼ਿਵ ਸੈਨਾ ਆਗੂ ਨਰਿੰਦਰ ਭਾਰਦਵਾਜ ਹੈ, ਜਿਸ ਦੇ ਮੁਤਾਬਕ ਬੀਤੇ ਦਿਨੀ ਉਸਦੀ ਗੱਡੀ 'ਤੇ ਕੁਝ ਅਣਪਛਾਤਿਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਹਮਲੇ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਪੁਲਿਸ ਕਮਿਸ਼ਨਰ ਪਾਸੋਂ ਸਿਕਿਉਰਿਟੀ ਮੁਹੱਈਆ ਕਰਾਉਣ ਦੀ ਮੰਗ ਕੀਤੀ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਪਾਸੇ ਤਾਂ ਇਹ ਸ਼ਿਵ ਸੈਨਾ ਆਗੂ 'ਤੇ ਹਮਲਾ ਹੋਇਆ ਅਤੇ ਉੱਪਰੋਂ ਲੁਧਿਆਣਾ ਪੁਲਿਸ ਨੇ ਇਸੇ ਨੂੰ ਹੀ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਿਉਂ ਕੀਤਾ ਹੈ ਉਹ ਤੁਸੀਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਕੇਸ਼ ਅਗਰਵਾਲ ਦੀ ਜਵਾਨੀ ਆਪ ਹੀ ਸੁਣ ਲਓ। ਲੁਧਿਆਣੇ ਦੇ ਵਿੱਚ ਨਰਿੰਦਰ ਭਾਰਦਵਾਜ ਨਾਂ ਦੇ ਵਿਅਕਤੀ ਨੇ ਐਫ ਆਈ ਆਰ ਦਰਜ ਕਰਾਈ ਸੀ ਕਿ 6 ਮਾਰਚ ਨੂੰ ਰਾਤ 8 ਵਜੇ ਉਹਦੇ ਉੱਪਰ ਜਾਨਲੇਵਾ ਹਮਲਾ ਹੋ ਗਿਆ ਅਤੇ ਕੁਛ ਬੰਦੇ ਉਹਦੀ ਕਾਰ ਨੂੰ ਭੰਨ ਤੋੜ ਗਏ। ਉਸ ਬੇਸ 'ਤੇ ਪੁਲਿਸ ਨੇ ਆਪਣੀ ਵੱਖ ਵੱਖ ਟੀਮਾਂ ਬਣਾ ਕੇ ਇਹਦੀ ਪੜਤਾਲ ਕੀਤੀ। ਇਹ ਨਰਿੰਦਰ ਭਾਰਦਵਾਜ ਦਾ ਇਹ ਵੀ ਕਹਿਣਾ ਸੀ ਕਿ ਉਹ ਕਿਉਂਕਿ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਦਾ ਇੱਕ ਲੇਬਰ ਵਿੰਗ ਦਾ ਪ੍ਰਧਾਨ ਹੈ, ਇਸ ਕਰਕੇ ਉਸ 'ਤੇ ਹਮਲਾ ਹੋਇਆ ਅਤੇ ਉਸਨੂੰ ਸੁਰੱਖਿਆ ਦਿੱਤੀ ਜਾਵੇ। ਅਤੇ ਉਸ ਬੇਸ 'ਤੇ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਅਤੇ ਸਾਇੰਟਿਫਿਕ ਤਰੀਕੇ ਨਾਲ ਅਸੀਂ ਇਨਵੈਸਟੀਗੇਸ਼ਨ ਕੀਤੀ, ਉਸਦੇ ਵਿੱਚ ਪਤਾ ਲੱਗਿਆ ਕਿ ਜੋ ਇਸਨੇ ਆਪਣੀ ਹਮਲੇ ਦੀ ਜਿਹੜੀ ਕਹਾਣੀ ਬਣਾਈ ਹੈ ਉਹ ਬਿਲਕੁਲ ਝੂਠੀ ਹੈ। ਇਸਦਾ ਕੁਦਰਤੀ ਤੌਰ 'ਤੇ ਕਿਸੇ ਟਰੋਲੇ ਨਾਲ ਉਸ ਦਿਨ ਐਕਸੀਡੈਂਟ ਹੋ ਗਿਆ ਸੀ ਐਂਡ ਸੁਰੱਖਿਆ ਲੈਣ ਲਈ, ਪੁਲਿਸ ਦੀ ਸਿਕਿਉਰਿਟੀ ਲੈਣ ਲਈ ਇਹਨੇ ਆਪਣੀ ਇੱਕ ਕਹਾਣੀ ਬਣਾ ਕੇ ਪੁਲਿਸ ਨੂੰ ਗੁੰਮਰਾਹ ਕੀਤਾ, ਜਿਸ ਕਰਕੇ ਪੁਲਿਸ ਨੇ ਉਸੀ ਐਫ ਆਈ ਆਰ ਦੇ ਵਿੱਚ ਇਸਨੂੰ ਅਰੈਸਟ ਕਰ ਲਿਆ ਅਤੇ ਬਾਕੀ ਦੀ ਤਫਤੀਸ਼ ਅਸੀਂ ਜਾਰੀ ਕਰ ਦਿੱਤਾ। ਸ਼ਿਵ ਸੈਨਾ ਆਗੂ ਨੇ ਝੂਠੇ ਹਮਲੇ ਦੀ ਕਹਾਣੀ ਬਣਾ ਕੇ ਪੁਲਿਸ ਕਮਿਸ਼ਨਰ ਪਾਸੋਂ ਸਿਕਿਉਰਿਟੀ ਤਾਂ ਮੰਗ ਲਈ, ਪਰ ਹੁਣ ਗ੍ਰਿਫਤਾਰ ਹੋਣ ਮਗਰੋਂ ਉਸਦਾ ਕੀ ਕਹਿਣਾ ਤੁਸੀਂ ਜ਼ਰਾ ਉਹ ਵੀ ਸੁਣ ਲਓ। ਨਹੀਂ, ਹਮਲਾ ਦਾ ਮਾਮਲਾ ਨਹੀਂ ਸੀਗਾ, ਮੈਂ ਐਸੇ ਹੀ ਕੋਈ ਬਾਕਾਵੇ ਮੈਂ ਆ ਕਰਕੇ ਉਹ ਮੇਰੇ ਸੇ ਟਾਲਾ ਪੇ ਲੱਗ ਗਿਆ ਥਾ। ਮੈਂ ਨਾ ਕੰਪਲੇਂਟ ਦੇਣਾ ਥਾ ਤਾਂ ਨਾ ਚੌਕੀ ਵਿਥਾਨ ਮੈਂ ਕੁਛ ਐਸਾ ਵੀ ਕੋਈ ਕੰਮ ਨਹੀਂ ਮੇਰਾ ਥਾ, ਨਾ ਹੀ ਗਨਮੈਨ ਮੈਂ ਕੋਈ ਵਾਸਤਾ ਹੈ, ਨਾ ਮੈਂ ਨਾ ਹੀ ਕੋਈ ਗਨਮੈਨ ਕਾ। ਮੈਂ ਸ਼ਿਵ ਸੈਨਾ ਹਿੰਦੁਸਤਾਨ ਮੈਂ ਆਜ ਕਰੀਬਨ 29 ਸਾਲ ਸੇ ਹੈ, ਨਹੀਂ ਗਨਮੈਨ ਕਾ ਕੋਈ ਰੋੜਾ ਨਹੀਂ ਹੈ। ਉਹ ਇੱਕ ਅਮਰ ਨਾਮ ਕਾ ਲੜਕਾ ਥਾ, ਉਹਨੇ ਵਟਸਐਪ ਪਰ ਹੀ ਫੋਟੋ ਡਾਲ ਦਿੱਤਾ ਔਰ ਸਾਰਾ ਕੁਛ ਉਹੀ ਕੀਤਾ, ਮੈਨੂੰ ਇਹ ਗੱਲ ਦਾ ਬਿਲਕੁਲ ਪਤਾ ਨਹੀਂ ਸੀ। ਪਹਿਲਾਂ ਵੀ ਕਈ ਸ਼ਿਵ ਸੈਨਾ ਲੀਡਰਾਂ ਅਤੇ ਵਰਕਰਾਂ 'ਤੇ ਜਾਨਲੇਵਾ ਹਮਲੇ ਹੋ ਚੁੱਕੇ ਨੇ ਅਤੇ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ, ਪਰ ਜਾਨਲੇਵਾ ਹਮਲੇ ਦੀ ਝੂਠੀ ਕਹਾਣੀ ਬਣਾ ਕੇ ਪੁਲਿਸ ਸਾਹਮਣੇ ਪੇਸ਼ ਕਰਨ ਵਾਲਾ ਇਹ ਸ਼ਿਵ ਸੈਨਾ ਆਗੂ ਆਪਣੇ ਬੁਣੇ ਜਾਲ 'ਚ ਆਪ ਹੀ ਫਸ ਗਿਆ ਅਤੇ ਹੁਣ ਦੇਖਣਾ ਹੋਵੇਗਾ ਕਿ ਝੂਠ ਦਾ ਸਹਾਰਾ ਲੈਣ ਵਾਲੇ ਸ਼ਿਵ ਸੈਨਾ ਆਗੂ ਨੂੰ ਕਿੰਨੀ ਦੇਰ ਜੇਲ੍ਹ ਦੀ ਹਵਾ ਖਾਣੀ ਪਏਗੀ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ। ਸੰਪਰਕ ਕਰੋ 98 879 65 612 93 817 71 820।